ਦੈਨਿਕ ਸਵੇਰਾ ਦੀ ਟੀਮ ਪਹੁੰਚ ਚੁੱਕੀ ਹੈ ਜਲੰਧਰ ਦੇ ਵਾਰਡ ਨੰਬਰ 72 ਵਿੱਚ ਜਿੱਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਸਰਦਾਰ ਨਰਿੰਦਰ ਸਿੰਘ ਜੀ ਉਹ ਕਿਹੜੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਇਹ ਗੱਲ ਅਸੀਂ ਉਹਨਾਂ ਕੋਲੋਂ ਜਾਣਾਂਗੇ ਨਰਿੰਦਰ ਸਿੰਘ ਜੀ ਨਰਿੰਦਰ ਸਿੰਘ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਮੈਦਾਨ ਵਿੱਚ ਨਿਤਰੇ ਹੋ ਪਹਿਲੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਕਰਦਾ ਹਾਂ ਬਾਈ ਖਾਲਸਾ ਪਗਦੀ ਫਤਿਹ ਮੇਰੇ ਮੁੱਦੇ ਹਨ ਮੈਂ ਪਬਲਿਕ ਸੇਵਾ ਕਰਨਾ ਚਾਹੁੰਦਾ ਹਾਂ ਇਹ ਨਹੀਂ ਕਿ ਮੈਨੂੰ ਇਸ ਦਾ ਸ਼ੌਂਕ ਹੈ ਕਿ ਮੈਂ ਕਾਉਂਸਲਰ ਬਣਾ ਮੈਨੂੰ ਸਿਰਫ ਇੱਕ ਮੇਰਾ ਮੁੱਦਾ ਮੇਹਨੇ ਆਉਂਦਾ ਹੈ ਕਿ ਮੇਰੇ ਬਜ਼ੁਰਗ ਮੇਰੇ ਭੈਣ ਭਾਈ ਬਾਹਰ ਤੋਂ ਬਾਅਦ ਹਮੇਸ਼ਾ ਹੀ ਇਸ ਕਾਲ ਤੋਂ ਤੰਗ ਪਰੇਸ਼ਾਨ ਰਹੇ ਨੇ ਕਿ ਉਹਨਾਂ ਨੂੰ ਹਮੇਸ਼ਾ ਹੀ 2-2 ਕਿਲੋਮੀਟਰ ਦਾ ਕਾਉਂਸਲ ਜਾਬ ਨੂੰ ਜਾ ਕੇ ਮਿਲਣਾ ਪਿਆ ਔਰ ਉਹਨਾਂ ਨੂੰ ਗੱਲਾਂ ਵੀ ਸੁਣਨੀਆਂ ਪਈਆਂ ਨੇ ਕਿ ਅਸੀਂ ਤੁਹਾਨੂੰ ਜਾਣਦੇ ਨਹੀਂ ਹਮੇਸ਼ਾ ਹੀ ਲੋਕਾਂ ਦਾ ਗਿਲਾ ਰਿਆ ਕਿ ਜਦੋਂ ਵੀ ਉਹ ਕਾਉਂਸਲਰ ਕੋਲ ਜਾਂਦੇ ਨੇ ਜਾਂ ਪਹਿਲਾਂ ਵੋਟਾਂ ਪਾਉਂਦੇ ਨੇ ਕੁਝ ਵਾਅਦੇ ਕਿ ਲੋਕ ਕਾਉਂਸਲ ਕਰ ਦਿੰਦੇ ਨੇ ਲੇਕਿਨ ਉਹ ਪੁਰੇ ਨਹੀਂ ਕਰ ਪਾਉਂਦੇ ਇਸ ਕਰਕੇ ਮੇਰਾ ਇੱਕ ਸ਼ੌਂਕ ਹੈ ਕਿ ਮੈਂ ਸੇਵਾ ਕਰਾਂ ਸੇਵਾ ਦੇ ਨਾਲ ਨਾਲ ਕਿ ਮੇਰਾ ਇੱਕ ਦਿਲੋਂ ਮੈਂ ਇਹਨਾਂ ਲੋਕਾਂ ਦੀ ਅਸੀਸ ਲੈਣਾ ਚਾਹੁੰਨਾ ਹਾਂ ਕਿ ਮੈਂ ਇਹਨਾਂ ਦੇ ਕੰਮ ਆ ਸਕਾਂ ਦੇਖੋ ਲਾਈਫ ਦੇ ਵਿੱਚ ਹਰ ਬੰਦਾ ਆਪਣੇ ਲਈ ਜਿੰਦਾ ਹੈ ਕੋਈ ਕਿਸੇ ਲਈ ਜੀਕੇ ਦਿਹਾਵੇ ਮੈਂ ਉਸ ਚੀਜ਼ ਦਾ ਜਿਆਦਾ ਇੰਟਰਸਟਡ ਹਾਂ ਕਿ ਮੈਂ ਲੋਕਾਂ ਨੂੰ ਕੁਝ ਕਰ ਸਕਾਂ ਤੁਹਾਡਾ ਕਹਿਣ ਤੋਂ ਮਤਲਬ ਕਿ ਜਿਹੜੀਆਂ ਦੋ ਪ੍ਰਮੁੱਖ ਪਾਰਟੀਆਂ ਨੇ ਉਹਨਾਂ ਦੇ ਕੈਂਡੀਡੇਟ ਤੁਹਾਡੇ ਵਾਰਡ ਤੋਂ ਬਾਹਰਲੇ ਕੈਂਡੀਡੇਟ ਨੇ ਹਾਂਜੀ ਮੇਰੇ ਵਾਰਡ ਦੇ ਵਿੱਚ ਦੋਨੋਂ ਕੈਂਡੀਡੇਟ ਜਿਹੜੇ ਨੇ ਦੋਸੇ ਆਪੋਜਿਟ ਮਨ ਲੈਸ ਉਹਨੇ ਔਰ ਲੋਕ ਪਛਾਣਦੇ ਵੀ ਨਹੀਂ ਮੈਂ ਟੋਟਲੀ ਵਿਜ਼ਿਟ ਕੀਤਾ ਆਪਣੇ ਏਰੀਆ ਵਿੱਚ ਇੱਕ ਇੱਕ ਬੰਦੇ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਪਰਸਨਲੀ ਜਾਣਦੇ ਹੋ ਕਿ ਮੈਂ ਡਿਸਰਵ ਕਰਦਾ ਹਾਂ ਕਿ ਮੈਂ ਲਾਇਕ ਕਰਦੇ ਹੋ ਮੈਂ ਹੱਕਦਾਰ ਹਾਂ ਤਾਂ ਲੋਕਾਂ ਨੇ ਕਸਮ ਖਾ ਕੇ ਸੀਦਾ ਮੈਨੂੰ ਰਿਸਪਾਂਸ ਦਿੱਤਾ ਹੈ ਔਰ ਮੈਨੂੰ ਆਸ ਹੈ ਕਿ ਲੋਕ ਮੈਨੂੰ ਜਿੱਤੇ ਮੇਰੀ ਜਿੱਤ ਨਹੀਂ ਹੈ ਮੈਂ ਪ੍ਰਾਊਡਲੀ ਨਹੀਂ ਕਹਿੰਦਾ ਉਸ ਮਹਾਰਾਜ ਦੀ ਕਿਰਪਾ ਨਾਲ ਕਹਿਣਾ ਵਾ ਕਿ ਮੈਨੂੰ ਲੋਕਾਂ ਦਾ ਵਿਸ਼ਵਾਸ ਆਇਆ ਹੈ ਨਾਲ ਲੋਕਾਂ ਦਾ ਅਸ਼ੀਰਵਾਦ ਮੈਂ ਜੀਉਂ ਜਿਤਾਗਾ ਪਰ ਲੇਕਿਨ ਗੱਲ ਸਿਰਫ ਇੱਥੇ ਹੀ ਹੈ ਕਿ ਮੈਂ ਮੈਕਸਿਮ ਲੀਗਲੀ ਲੈ ਸਕਦਾ ਹਾਂ ਅ ਜਿਸ ਤਰ੍ਹਾਂ ਤੁਸੀਂ ਕਿਹਾ ਜੀ ਕਿ ਦੋਵੇਂ ਤੁਹਾਡੇ ਜਿਹੜੇ ਕਾਉਂਸਲਰ ਨੇ ਪ੍ਰਮੁੱਖ ਪਾਰਟੀਆਂ ਵਾਲੇ ਜਿਹੜੇ ਉਮੀਦਵਾਰ ਨੇ ਕਿ ਦੋਵੇਂ ਤੁਹਾਡੇ ਵਾਰਡ ਤੋਂ ਬਾਹਰਲੇ ਨੇ ਪਰ ਤੁਸੀਂ ਸਵਾਰਟ ਦੇ ਬਸੰਦੇ ਹੋ ਕਿ ਤੁਸੀਂ ਦੋਵਾਂ ਪਾਰਟੀਆਂ ਚੋਂ ਕਿਸੇ ਪਾਰਟੀ ਨਾਲ ਇਸ ਵਾਸਤੇ ਬਾਰੇ ਰਾਬਤਾ ਨਹੀਂ ਕੀਤਾ ਟਿਕਟ ਲੈਣ ਲਈ ਕਿ ਤੁਸੀਂ ਉਹਨੂੰ ਆਜ਼ਾਦ ਤੌਰ ਤੇ ਖੜੇ ਹੋਣਾ ਪਿਆ ਦੇਖੋ ਜੀ ਮੇਰਾ ਐਕਚੁਅਲੀ ਮੈਂ ਪਿਛਲੇ 25 ਸਾਲ ਤੋਂ ਬੀਜੇਪੀ ਪਾਰਟੀ ਨਾਲ ਨਿਕਰਤਾ ਸੀ ਸੇਵਾ ਕਰ ਰਿਹਾ ਸੀ ਚਲੋ ਕੁਝ ਪਾਰਟੀ ਦੀ ਮਜਬੂਰੀਆਂ ਹੁੰਦੀਆਂ ਨੇ ਕੁਝ ਸੀਨੀਅਰ ਲੀਡਰ ਜਾਂ ਸੀਨੀਅਰ ਸਾਡੇ ਭਾਈ ਹੁੰਦੇ ਨੇ ਜਿਨ੍ਹਾਂ ਨੇ ਪਾਰਟੀ ਦੀ ਸੇਵਾ ਮੈਂ ਤੋਂ ਹੋਰ ਤਾਂ ਜ਼ਿਆਦਾ ਕੀਤੀ ਹੋਵੇ ਜਾਂ ਪਾਰਟੀ ਸਮਝ ਹੋਵੇਗਾ ਕਿ ਉਹ ਜ਼ਿਆਦਾ ਸੇਵਾ ਕਰਦੇ ਰਹੇ ਨੇ ਮੈਂ ਉਸ ਚੀਜ਼ ਦਾ ਵਿਰੋਧ ਨਹੀਂ ਕਰਦਾ ਪਰ ਮੈਨੂੰ ਆਜ਼ਾਦ ਖਣ ਦਾ ਮੌਕਾ ਮੇਰੀ ਜਨਤਾ ਨੇ ਦਿੱਤਾ ਹੈ ਮੇਰੇ ਸਮਾਜ ਦੇ ਮੇਰੇ ਵਾਰਦੇ ਲੋਕਾਂ ਨੇ ਦਿੱਤਾ ਹੈ ਜੋ ਕਿ ਮੈਨੂੰ ਪਸੰਦ ਕਰਦੇ ਹਨ ਔਰ ਉਹਨਾਂ ਨੇ ਹੋ ਸਕਦਾ ਹੈ ਕਿ ਮੈਂ ਚੋਣ ਨਾ ਲੜਦਾ ਕਿਉਂ ਮੈਂ ਪਿਛੇ ਵੀ ਇੱਕ ਵਾਰੀ ਆਜ਼ਾਦ ਹੋਣ ਲੜੀ ਸੀ ਤੇ ਉਦੋਂ ਵੀ ਮੈਨੂੰ ਅਚਾਰ ਰਿਸਪਾਂਸ ਮਿਲਿਆ ਸੀ ਔਰ ਇਸ ਵਾਰ ਤਾਂ ਲੋਕਾਂ ਦਾ ਇਹ ਸਿਸਟਮ ਸੀ ਇਹ ਲੋਕ ਚਾਹੁੰਦੇ ਸਨ ਕਿ ਸਾਡੇ ਵਾਰ ਤੋਂ ਬਾਹਰ ਤੋਂ ਕੈਂਡੀਡੇਟ ਆਣ ਅਸੀਂ ਆਪਣੇ ਵਾਰ ਦਾ ਹੀ ਕੈਂਡੀਡੇਟ ਚੁਣਨਾ ਹੈ ਇਸ ਕਰਕੇ ਮੈਨੂੰ ਲੋਕਾਂ ਕਰ ਮਜਬੂਰੀ ਆਜ਼ਾਦ ਕਰਨਾ ਪਿਆ ਤੁਹਾਡੇ ਵਾਰਡ ਦੀਆਂ ਕਿਹੜੀਆਂ ਮੇਨ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਲੋਕਾਂ ਵਿੱਚ ਜਾਓਗੇ ਦੇਖੋ ਮੇਰੇ ਵਾਰਦੀਆਂ ਸਮੱਸਿਆਵਾਂ ਨੇ ਵਾਟਰ ਸਪਲਾਈ ਔਰ ਵਾਟਰ ਸਪਲਾਈ ਦੇ ਵਿੱਚ ਸਾਡਾ ਮੇਨ ਪ੍ਰੋਬਲਮ ਇਹ ਆ ਰਹੀ ਕਿ ਵਾਟਰ ਜਿਹੜਾ ਸਾਨੂੰ ਗੰਦੇ ਪਾਣੀ ਦੇ ਪਰਦੂਸ਼ਿਤਾ ਪਾਣੀ ਮਿਲਦਾ ਹੈ ਮੇਨ ਪ੍ਰੋਬਲਮ ਸਾਨੂੰ ਉਹ ਆਉਂਦੀ ਹੈ ਉਹ ਕਿ ਸੀਵਰੇਜ ਵਾਟਰ ਸਪਲਾਈ ਦੇ ਕਨੈਕਸ਼ਨ ਵਿੱਚ ਇੰਨੀ ਪ੍ਰੋਬਲਮ ਹੈ ਕਿ ਅਸੀਂ ਕੁਝ ਜਗ੍ਹਾ ਦੇ ਪਾਈਪ ਪੁਰਾਣੇ ਪਏ ਨੇ ਪੁਰਾਣੇ ਪਾਈਪ ਪਏ ਨੇ ਉਹ ਅਸੀਂ ਚੇਂਜ ਕਰਵਾ ਸਕੇ ਔਰ ਸੀਵਰੇਜ ਵਾਟਰ ਸਪਲਾਈ ਮਿਕਸ ਹੋ ਜਾਂਦੀ ਹੈ ਜਦੋਂ ਪਾਈਪ ਕੋ ਟੁੱਟ ਜਾਂਦੀ ਹੈ ਤਾਂ ਪਾਣੀ ਸਾਨੂੰ ਕਿਹਨੇ ਦਿੰਦਾ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਅਸੀਂ ਗੰਦਾ ਪਾਣੀ ਪੀ ਵੀ ਜਾਂਦੇ ਆ ਉਸ ਨਾਲ ਸਾਡੇ ਫੈਮਿਲੀ ਸਾਡੇ ਪਰਿਵਾਰ ਦੇ ਵਿੱਚ ਇੰਨੀ ਪਰਾਲੋਡ ਹੁੰਦੀਆਂ ਨੇ ਕਿ ਬੱਚੇ ਸਾਡੇ ਤੰਗ ਪਰਸਾਂ ਨੂੰ ਇਵਨਜ਼ ਕਿ ਉਹਦਾ ਰੀਜ਼ਨ ਦੈਟਸ ਕਾਫੀ ਦਸਕਾਰ ਵੀ ਹੋਈਆਂ ਨੇ ਔਰ ਇਸ ਤੋਂ ਇਲਾਵਾ ਸਾਡੇ ਸੀਡ ਲਾਈਟਸ ਨੇ ਤੇ ਵੱਡੀ ਗੱਲ ਹੈ ਸਾਡੇ ਦੇਖੋ ਜਿਸ ਤਰ੍ਹਾਂ ਸਾਡੇ ਕਣਕ ਦੀ ਸਕੀਮ ਸੀ ਤੇ ਉਸ ਵਿੱਚ ਮੈਂ ਦੇਖਿਆ ਕਿ ਸਾਨੂੰ ਮੇਨ ਪ੍ਰੋਬਲਮ ਆਈਆਂ ਨੇ ਕਈ ਲੋਕ ਡਿਸਰਵਰ ਕਰਦੇ ਨੇ ਕਿ ਵੀ ਇਹਨਾਂ ਨੂੰ ਵਾਕਈ ਇਹਨਾਂ ਨੂੰ ਕਣਕ ਮਿੱਤੀ ਮਿਲੇ ਉਹਨਾਂ ਨੂੰ ਨਹੀਂ ਮਿਲ ਪਉਂਦੀ ਔਰ ਕਈ ਦਿਨਾਂ ਕੋਲ ਕੋਠੀਆਂ ਔਰ ਉੱਥੇ ਲੈਂਡਰ ਬੰਦੇ ਨੇ ਉਹਨਾਂ ਨੂੰ ਮਿਲ ਜਾਂਦਾ ਉਹਨਾਂ ਤੱਕ ਹੋ ਰਿਹਾ ਕਿਉਂਕਿ ਮੈਂ ਵਾਰਡ ਨੂੰ ਪਰਸਨਲੀ ਜਾਣਦਾ ਮੇਰਾ ਇੱਕ ਮੇਨ ਮੁੱਦਾ ਹੋਇਆ ਕਿ ਮੈਂ ਪਰਸਨਲੀ ਵਿਜ਼ਿਟ ਕਰਾਂਗਾ ਔਰ ਫਿਰ ਦੁਬਾਰਾ ਮੈਂ ਕਿਸੇ ਨਾਲ ਵੀ ਚਾਹੇ ਮੈਨੂੰ ਬੰਦਾ ਕੋਈ ਵੋਟ ਪਾਵੇ ਜਾਂ ਨਾ ਪਾਵੇ ਮੈਂ ਸਪਸ਼ਟ ਕਹਿ ਰਿਹਾ ਹਾਂ ਮੈਂ ਹਮੇਸ਼ਾ ਇਸ ਚਾਅ ਤੇ ਚੱਲਾਂਗਾ ਮੈਂ ਵਾਰਡ ਦੇ ਵਿੱਚ ਕੇ ਵਾਦਾ ਕਰਦਾ ਹਾਂ ਮੈਂ ਕੋਈ ਵੀ ਕੰਮ ਵਾਰਡ ਦੇ ਧੱਕੇ ਵਾਲਾ ਨਹੀਂ ਹੋਣ ਦੇਵਾਂਗਾ ਨਾ ਮੈਂ ਧੱਕਾ ਕਰਾਂਗਾ ਚਾਹੇ ਕੋਈ ਪਾਰਟੀ ਮੇਰੇ ਤੇ ਪ੍ਰੈਸ਼ਰ ਬਣਾਏ ਚਾਹੇ ਮੈਨੂੰ ਜੋ ਅੰਡਰ ਪ੍ਰੈਸ਼ਰ ਕਰੇ ਜੋ ਵੀ ਮੇਰੇ ਤੇ ਐਕਸ਼ਨ ਲੈਣਾ ਚਾਹੇਗਾ ਮੈਂ ਆਪਣੇ ਵਾਰਡ ਤੋਂ ਕਦੀ ਬਾਹ ਤੇ ਆਪਣੀ ਜਨਤਾ ਦੇ ਸਹਿਯੋਗ ਨਾਲ ਹੀ ਜੋ ਡਿਸੀਜਨ ਹੋਊਗਾ ਲਵਾਂਗਾ ਇਹਨਾਂ ਮੈਂ ਕਹਿੰਦਾ। ਅ ਤੁਸੀਂ ਕਹਿ ਰਹੇ ਹੋ ਕਿ ਲੰਬੇ ਸਮੇਂ ਤੋਂ ਤੁਸੀਂ ਭਾਜਪਾ ਲਈ ਕੰਮ ਕਰਦੇ ਆ ਰਹੇ ਹੋ ਭਾਜਪਾ ਦੀ ਸੇਵਾ ਕਰਦੇ ਆ ਰਹੇ ਹੋ ਤੇ 10 ਸਾਲ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਰਹੀ ਹੈ। ਇਸ ਦੌਰਾਨ ਤੁਸੀਂ ਆਪਣੇ ਵਾਰਡ ਬਾਰੇ ਕੁਝ ਕਰਵਾਉਣ ਬਾਰੇ ਸੋਚਿਆ? ਹਾਂਜੀ ਮੈਂ ਦੇਖੋ ਜੀ ਜਿੱਥੇ ਨਾ ਮੈਂ ਆਪਣੀ ਪਰਸਨਲ ਗੱਲ ਕਰ ਰਿਹਾ ਹਾਂ ਮੈਨੂੰ ਜਿੰਨੀ ਕੋਈ ਪ੍ਰੈਕਟੀਕਲੀ ਨੌਲੇਜ ਜਿਹਾ ਅਸੀਂ ਐਜੂਕੇਸ਼ਨਲ ਨੌਲੇਜ ਰੱਖਦੇ ਹਾਂ ਮੈਂ ਐਕਚੁਅਲੀ 13 ਸਾਲ ਕਾਮਰਸ ਕੁਲਚਰ ਇੰਨ ਵੀ ਦੇ ਆਵਾ ਇਸੇ ਸਾਡੇ ਗਵਰਨਮੈਂਟ ਹਾਈ ਸਕੂਲ ਹੈ ਪ੍ਰਾਈਮਰੀ ਸਕੂਲ ਹੈ ਪ੍ਰਾਈਮਰੀ ਸੀਮਨ ਤੇ ਉਸ ਰਿਆਂ ਉਸ ਵਿੱਚ ਨੋਲਿਜ ਹੈ ਪਲੱਸ ਇਹ ਹੈ ਕਿ ਵਾਰਡ ਬਾਰੇ ਮੈਂ ਚਾਹੁੰਦਾ ਸੀ ਕਿ ਮੇਰੇ ਕੋਲ ਮਾਰੇ ਕਿਰਪਾ ਕਰੀ ਉਹ ਨਹੀਂ ਪੌਕਟ ਹੋਵੇ ਜਿਹਨੇ ਲੋਕ ਸਾਡੇ ਪੈਨਸ਼ਨ ਤੋਂ ਵੀ ਤੰਗ ਹੁੰਦੇ ਨੇ ਮੈਂ ਆਪਣੇ ਪੌਕਟ ਦੀ ਪੈਨਸ਼ਨ ਜਾਨੀ ਚਾਹਣਾ ਮੈਂ ਕੁਛ ਇਹ ਪਲਾਨ ਕਰ ਵੀ ਦੇ ਆ ਕਿ ਜਿੰਨਾ ਮੇਰੇ ਰਿਸੋਰਸਿਸ ਹੋਣਗੇ ਮੈਂ ਆਪਣੇ ਘਰ ਦਾ ਖਰਚਾ ਕੱਢ ਗੇ ਉਹ ਜਿੰਨਾ ਵੀ ਹੋਏਗਾ ਮੈਂ ਆਪਣੀ ਜਨਤਾ ਲਈ ਖਰਚ ਕਰਾਂਗਾ ਇਹ ਮੈਂ ਅੱਜ ਵਾਦਾ ਕਰਦਾ ਇਹ ਸੰਨ ਬਾਰਡ ਨੰਬਰ 72 ਤੋਂ ਆਜਾਦ ਉਮੀਦਵਾਰ ਸਰਦਾਰ ਨਰਿੰਦਰ ਸਿੰਘ ਦੈਨਿਕ ਸਵੇਰਾ ਲਈ ਕੈਮਰਾਮੈਨ ਸੁਦੇਸ਼ ਭਗਤ ਨਾਲ ਮੈਂ ਬਲਵੰਤ ਸਿੰਘ